अच्छा भाई आजकल दी औरत दी लाई ला उन्हें पाज सुना सुना हाजरा कहंदी दस अन्या कानिया कदे पुत्र वे मारे दस वड्डे आशियां हाजरा कहंदी दस अन्या कानिया कदे पुत्र वे मारे दस वड्डे आशियां कहंदा शैतान तूए भेत नहीं जानिया आया ए खाप नबी ताई ते बीबी की आंदी आंदी खाप रसूला वई संत सुभान दी के पुत लैके राजी जात रहमान दी आंदी खाप रसूला साहब जस कर अब्दुल गनी मंदी साहब कह ना नमाज का मौजूद फिर बयान करा गे फिर फिर रंग लगन लगा मजमा और इनी बोलो कुर्बानी सुनने का मजा आ रहा कि नहीं आ रहा अल्लाह साडियां भैणा नु अज जिने मेरे चन पिलू सूट बैठा है ना कर ला ओदे कान च गल कर ला हां मेरा चन पुत्र ना वेखो ओदे आले ओदे मेरा चन तुसी मेरे अली वेखो तुसी जिने लाया गली ओदे नाल टुर चली इधर वेखो मेरे वाले ओने ते ओदे कान च गल कीती मैं वेख लिया ऐनू कहंदे रे कन्ना दी कच्ची अल्लाह अकबर बाबा जी दी बीवी बड़ी ने ओए कन्ना दी कच्ची औरत होवे घर घर चलदा हाजरा कहंदी दस नी बैना तुम्हें सुन ला रावण दे बारे बदगुमान नहीं बनना सस दे बारे बदगुमान नहीं बनना नौ दे बारे बदगुमान नहीं बनना आ कई बीबियां बड़ियां फबे फबे चढ़ेल हुंदियां कप भावे बाल को टुटा वे ना जांदियां ए नौ नहीं तोड़िया नी भैना बदगुमानी ना सोचिया कर ना बदगुमानी घर जा देंदे ने बदगुमानी बस्तियां जाड़ देंदियां ने बदगुमानी रिश्ते तोड़ देंदियां ने बदगुमानी बड़ा बड़ा गुनाह है ते कबीरा गुनाह है अल्लाह इस गुनाह तो बचावे आप बीबी बड़ी देख आंदी हाजरा कहंदी दस मैं ना सफा मरवा ते खड़ोता जिथे हरी बत्ती नहीं जागदी उथे दो चार बंदे मैं कांदना शायर खलो गया तो उथे मैं शेर पढ़िया हाजरा कहंदी दस अन्या कानिया कदी पुत्र वे मारे दस वड्डे सयानिया कहंदा शैतान तूए भेत नहीं जानिया आया ए खाप जिला ना जिला एदी कुड़ी रुस के चले गए आप मेरे को फिर गया मेरी सुलह करा मैं कराई ना फिर सुलह हूं बच्चे है एक बेटी बड़ी खिदमत की प्यो जिन्हें पैसे लिया फड़ा शैतान तू भेत नहीं जानिया आया ए खाप नबी ताई ते बीबी की आंदी आंदी खाप रसूला वई संत सुभान दी जे पुत लैके राजी जात रहमान दी लखां जे होवन पुत ओ मंगे कुर्बानियां मैं उसे दे नाम तो सब नू गुमानियां तू है पलीस पक्का करता फिरे शैतानियां दूर हो इत्थे खलो नाई
ਬੀਬੀ ਆਂਦੀ ਦਫਾ ਹੋ ਜਾ ਉੱਥੋਂ ਵੀ ਛਿੱਤਰ ਪੈ ਇੱਥੋਂ ਵੀ ਛਿੱਤਰ ਪੈ ਇਸਮਾਈਲ ਨਬੀ ਨੂੰ ਜਾ ਕੇ ਆਉਂਦਾ ਤੇਰਾ ਬਾਪ ਤੈਨੂੰ ਛੁਰਾ ਕਰਨ ਲੱਗ ਉੱਥੋਂ ਵੀ ਅੱਗੋਂ ਛਿੱਤਰ ਪੈ ਹੁਣ ਮਸਲਾ ਸੁਣਨ ਵਾਲਾ ਹੈ ਜਿਹੜੇ ਵੇਲੇ ਜਦੋਂ ਅੰਬੀ ਆਉ ਇਬਰਾਹੀਮ ਖਲੀਲ ਅਲੈਹਿਸ ਸਲਾਮ ਨੇ ਆਪਣੇ ਬੱਚੇ ਨੂੰ ਲਟਾਣਾ ਚਾਹਿਆ ਥੱਲੇ ਕਲੀਨ ਨਹੀਂ ਵਿਛਿਆ ਥੱਲੇ ਪੱਤਰ ਜ਼ਮੀਨ ਨਹੀਂ ਗਈ ਪਹਾੜੀਏ ਜਾ ਕੇ ਮਨਾ ਦੀ ਪਹਾੜੀ ਵੇਖੋ ਨਾ ਅੱਲਾਹੁ ਅਕਬਰ ਅੱਲਾਹੁ ਅਕਬਰ ਪੁੱਤਰ ਮੰਗਿਆ ਹੋਵੇ ਮੈਂ ਸ਼ਮਲਾ ਲਫ਼ਜ਼ ਕਵਾਂ ਬੁੱਢਾ ਪਾਪ ਸ਼ਵੈ ਬਤ ਪੁੱਤ ਕੋਈ ਨਾ ਮੇਰਾ ਇੱਕ ਪੁੱਤਰ ਹੈ ਮੈਂ ਅੱਲਾ ਕੋਲ ਦੁਆ ਮੰਗਦਾ ਅੱਲਾ ਮੈਨੂੰ ਦੂਜਾ ਪੁੱਤਰ ਦੇ ਚਾਰ ਧੀਆਂ ਮਿਲ ਮਾਪਿਆਂ ਤੇ ਹਰ ਵੇਲੇ ਪੁੱਤਰਾਂ ਦੀ ਤਾਂ ਬੁੱਢਾ ਪਾਪ ਸ਼ਵੈਬ ਤੇ ਪੁੱਤ ਕੋਈ ਨਾ ਕਈਆਂ ਧੀਆਂ ਹੀ ਬੱਕਰੀਆਂ ਚਾਰ ਧੀਆਂ ਭਲਾ ਸ਼ਵੈਬ ਦਾ ਨਹੀਂ ਸੀ ਦਿਲ ਕਰਦਾ ਚੱਖਾ ਲਜ਼ਤ ਐ ਸਹਾਰ ਧੀਆਂ ਓਏ ਪੁੱਤਰੋ ਮੇਰੀ ਹੱਥ ਜੁੜੇ ਜੇ ਈਦ ਵਾਲੇ ਦਿਨ ਬੇ ਔਲਾਦ ਨੂੰ ਦਾਵਤ ਦੇ ਆਇਆ ਕਰੋ ਮੇਰੇ ਘਰ ਤੇਰੀ ਦਾਵਤ ਦੇ ਬੱਚੇ ਈਦ ਵਾਲੇ ਦਿਨ ਉਹਦੇ ਕੋਲ ਹੈ ਕੋਈ ਨੀ ਪੈਸੇ ਜੇਬ ਚ ਨੇ ਕੋਈ ਅਬੂ ਕਹਿ ਕੇ ਮੰਗਣ ਵਾਲਾ ਕੋਈ ਨੀ ਈਦੀ ਲੈਣ ਵਾਲਾ ਕੋਈ ਨੀ ਘਰ ਲੈ ਆ ਕਰ ਉਹਨੂੰ ਦਾਵਤ ਦਿਆ ਕਰ ਤੇਰੇ ਬੱਚੇ ਲਾ ਕੇ ਖੇਡਣਗੇ ਉਹਦੇ ਕੋਲ ਈਦ ਮੰਗਣਗੇ ਉਹ ਈਦ ਕੱਢ ਕੇ ਦੇਵੇਗਾ ਫੇਰ ਔਲਾਦ ਦੀ ਜ਼ਿੰਦਗੀ ਬੜੀ ਮੁਸ਼ਕਲ ਹੁੰਦੀ ਹੈ ਉਹ ਲੈ ਕੇ ਪਾਲ ਲਵੇ ਦੁਨੀਆ ਨੂੰ ਜੀ ਨਹੀਂ ਦਿੰਦੇ ਥੱਪੜ ਮਾਰੇ ਲੋਕੀ ਆਂਦੇ ਹੁੰਦਾ ਹੱਟੜਦਾ ਜੰਮਿਆ ਇਹ ਮਾਰਦਾ ਦੁਨੀਆ ਨਹੀਂ ਨੀਂਦ ਦਿੰਦੀ ਆਪਣੇ ਜੰਮੇ ਨੂੰ ਭਵੇਂ ਚਮੜੀ ਲਾ ਲਈਏ ਪਰ ਪੈ ਔਲਾਦ ਨੂੰ ਮੇਰੇ ਖਾਲੂ ਨੇ ਪੁੱਤਰ ਲੈ ਕੇ ਪਾਲਿਆ ਅੱਲਾ ਕਬਰਾਂ ਨੂੰ ਜੰਨਤ ਦਾ ਬਾਗ ਤੇ ਮੈਂ ਉਹਦੇ ਨਿਕਾਹ ਸ਼ਾਮਲ ਹੋਇਆ ਸਾਨੂੰ ਬੱਚਾ ਦੇ ਦੋ ਤੇ ਮੈਂ ਕਹਿਣਾ ਭੈਣਾ ਨਾ ਲੈ ਕੇ ਪਾਲੀ ਬੱਚਾ ਲੈ ਕੇ ਸਭ ਤੋਂ ਪਹਿਲਾਂ ਆਪਣੀ ਕਬਰ ਗੰਦੀ ਹੁੰਦੀ ਏ ਉਹਦੇ ਨਾਮ ਤੇ ਅਦਾ ਕਰਾਉਣੀ ਪੈਂਦੀ ਏ ਦੂਜਿਆਂ ਦਾ ਹਿੱਸਾ ਮਾਰਨਾ ਪੈਂਦਾ ਹੈ ਫਿਰ ਕਾਨੂੰਨ ਬਦਲਣਾ ਪੈਂਦਾ ਕੁਰਾਨ ਦਾ ਉਹਦੇ ਨਾਲ ਵਲਦੀਅਤ ਆਪਣੀ ਲਿਖਣੀ ਪੈਂਦੀ ਹੈ ਲੈ ਕੇ ਬੱਚਾ ਪਾਲਣਾ ਬੜਾ ਵੱਡਾ ਇਸ ਮੁਲਕ 'ਚ ਜੁਰਮ ਬਣ ਗਿਆ ਵੇ ਉਹਦੇ ਨਾਮ ਆਪਣੀ ਵਲਦੀਅਤ ਲਿਖਣੀ ਪੈਂਦੀ ਏ ਮੁੰਡਾ ਪੜਾਉਣ ਲੱਗੇ ਮੌਲਵੀ ਸਾਹਿਬ ਮੈਂ ਇੱਥੇ ਬੈਠਾ ਕਿੱਥੇ ਲਾੜਾ ਮੇਰੀ ਮਾਸੀ ਦਾ ਪੁੱਤਰ ਸੀ ਤੇ ਖਾਲੂ ਮੇਰਾ ਨਾਲ ਬੈਠਾ ਤੇ ਉਹਨਾਂ ਕਿਹਾ ਇਹਦੇ ਪਿਓ ਦਾ ਨਾਮ ਕੀ ਏ ਤੇ ਖਾਲੂ ਮੇਰਾ ਆਪਣਾ ਨਾਮ ਦੱਸਣ ਲੱਗਾ ਕਹਿੰਦਾ ਨਹੀਂ ਇਹਦੇ ਅਸਲ ਬਾਪ ਦਾ ਨਾਮ ਕੀ ਜੰਜ ਵੀ ਰੋ ਪਈ ਉਹ ਵੀ ਰੋ ਪਿਆ ਤੇ ਮੈਂ ਵੀ ਰੋ ਪਿਆ ਪੋਤਨ ਮੈਨੂੰ ਸਮਝ ਆਈ ਠੰਡ ਢਿੱਡ ਤੇ ਜੰਮਿਆਂ ਵਾਲੀ ਪੈਂਦੀ ਲੈ ਕੇ ਪਾਲਣ ਵਾਲੀ ਕੋਈ ਨਹੀਂ ਬਾਕੀ ਲੈ ਕੇ ਪਾਲਣ ਨਾਲ ਨਾ ਹਜ਼ਰਤ ਇਸ ਮੁਲਕ 'ਚ ਬੰਦੇ ਦੀ ਕਬਰ ਕਰਦੀ ਹੋਈ ਬਸ ਜਿਹਨੇ ਪਾਲਿਆ ਹੁੰਦਾ ਉਹ ਪੋਤਾ ਮਾਰਦਾ ਹੈ ਗੱਲ ਸੁਣ ਲਓ ਜ਼ਰਾ ਧਿਆਨ ਨਾਲ ਮਾਂ ਬਾਪ ਤੇ ਵੀਰਾਂ ਨਾਤੀ ਸ਼ਰੀਅਤ ਵਾਲੀ ਗੱਲ ਮੈਂ ਸਮਝਾ ਰਿਹਾ ਹਾਂ ਪੁੱਤਰ ਲੈ ਕੇ ਪਾਲਿਆ ਵੇ ਉਹਨੂੰ ਜਿਆਦਾ ਸਾਰੀ ਦੇਣੀ ਪੈਂਦੀ ਹੈ ਫਿਰ ਰਿਸ਼ਤੇਦਾਰਾਂ ਦਾ ਹੱਕ ਮਰ ਜਾਂਦਾ ਹੈ ਕਬਰ 'ਚ ਜਵਾਬ ਦੇਣਾ ਹੈ ਬੁੱਢਾ ਆਪਾ ਅੱਛਾ ਕਰਾ ਕਈ ਵਾਰ ਧੀਆਂ ਕੰਮ ਉਹ ਕਰਦੀਆਂ ਜਿਹੜੇ ਪੁੱਤਰ ਵੀ ਨਹੀਂ ਕਰਦੇ ਹਜ਼ਰਤ ਸ਼ੁਐਬ ਨਬੀ ਇੰਜ ਕਰਕੇ ਬੈਠੇ ਨੇ ਅੱਖਾਂ ਦੁਨੀਆ ਨੇ ਕਲੇਜੇ ਰੋਗ ਪਿਆ ਹੈ ਤੇ ਜਵਾਨ ਅੱਬਾ ਜੀ ਰੋਏ ਕਿਉਂ ਜੀ ਅੱਧੇ ਪੁੱਤਰੋ ਅੱਖਾਂ ਜਵਾਬ ਦੇ ਗਏ ਤੇ ਬੱਕਰੀਆਂ ਚਾਲ ਵਾਲਾ ਪੁੱਤਰ ਕੋਈ ਨੀ ਤੇ ਧੀਆਂ ਪੁੰਜ ਜਵਾਨ ਨੇ ਤੇ ਬੇਟੀ ਨੇ ਨਾ ਇੰਜ ਕੱਪੜੇ ਦਾ ਪੱਲੂ ਪਕੜਿਆ ਤੇ ਇੰਜ ਤੇਜੂ ਸਾਫ ਕਰਕੇ ਆਂਦੀ ਆਂਦੀ ਅੱਬਾ ਜੀ ਇਹ ਰੋਣ ਦੀ ਕਿਹੜੀ ਲੋੜ ਜੇ ਪੁੱਤ ਨੇ ਤੇ ਕੀ ਹੋਇਆ ਅਸੀਂ ਪੁੱਤ ਬਣ ਕੇ ਵਿਖਾ ਦੇਵਾਂ ਹੁਣ ਵੀ ਹਜ਼ਰਤ ਮੈਨੂੰ ਬੁਖਾਰ ਹੋਵੇ ਨਾ ਤੇ ਮੇਰੀਆਂ ਧੀਆਂ ਮੇਰੇ ਲਾਗੋ ਨਹੀਂ ਉੱਠੀ ਪੁੱਤਰ ਉਸ ਕਮਰੇ ਚੌਸ 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 ਚ ਓਏ ਯਾਰ ਯਾਰ ਵੀ ਮੈਂ ਵੇਖਿਆ ਹੈ ਪੁੱਤਰ ਸਸਾਲ ਚ ਵੀ ਜ਼ਿਆਦਾ ਕੋਲ ਨਹੀਂ ਬੈਂਦੇ ਧੀਆਂ ਬੱਚਿਆਂ ਦੇ ਸਕੂਲ ਛੱਡ ਦਿੰਦੀਆਂ ਪਰ ਪਿਓ ਦੀ ਮੰਜੀ ਨਹੀਂ ਛੱਡਦੀ ਛੁੱਟੀਆਂ ਕਰਾ ਲੈ
ਖੀਆਂ ਨੇ ਦੌਲਤ ਬਗਲੀਆਂ ਸਾਡਾ ਕਿਹੜਾ ਜ਼ੋਰ ਬਾਬਲਾ ਔਰ ਬਾਬਾ ਮਗਣੀ ਸਾਹਿਬ ਲਾਮਾ ਸ਼ਾਮਲ ਭੋਪਾਲ ਸਾਹਿਬ ਅਸਲਮ ਸ਼ਰੀਫ ਸਾਹਿਬ ਮੈਂ ਇੱਥੇ ਫਤਵਾ ਦੇਣਾ ਮੈਂ ਆਪਣੇ ਇਲਮ ਦੇ ਮੁਤਾਬਕ ਅੱਜ ਜਿਹੜੀ ਔਰਤ 20 ਸਾਲ ਬਾਅਦ ਉਹਦੇ ਘਰ ਰਹਿ ਕੇ ਤੇ ਡੋਲੇ ਪਾ ਕੇ ਐਡਾ ਦਿਲ ਲੈ ਕੇ ਹੋਰ ਘਰ ਨੂੰ ਆਪਣਾ ਘਰ ਸਮਝ ਲੈਂਦੀ ਏ ਅੱਲਾ ਐਸੇ ਵਜ੍ਹਾ ਤੈਨੂੰ ਜੰਨਤ ਦੇ ਦੇਣੀ ਏ ਮਾਪੇ ਛੱਡਣੇ ਕਿਹੜੇ ਸੌਖੇ ਆਪਣੇ ਪੁੱਤਰ ਨੂੰ ਕਿਤੇ ਝਿੜਕਾ ਨਾ ਤੇ ਮੈਨੂੰ ਕਹਿੰਦਾ ਪਾਪਾ ਇਨਕੋ ਨਹੀਂ ਝਿੜਕਦੇ ਹਜ਼ਰਤ ਸਾਹਿਬ ਮੈਂ ਘਰ ਚ ਵੀ ਨਾ ਇੰਜ ਹੀ ਸਮਝਾਉਣਾ ਜਿਵੇਂ ਤਕਰੀਰਾਂ ਸਮਝਾਉਂਦਾ ਮੈਂ ਉਹਨੂੰ ਇੱਕ ਦਿਨ ਕੋਲ ਬਾਇਆ ਕਿਹਾ ਬੇਟਾ ਹਮਾਰੇ ਘਰ ਕੋਈ ਮਹਿਮਾਨ ਆਏ ਇਸਕੋ ਮਾਰਦੇ ਕਹਤਾ ਨਹੀਂ ਮੈਂ ਕਹ ਵੋ ਚੀਜ਼ ਤੋੜ ਦੋ ਉਸਕੋ ਮਾਰਦੇ ਕਹਤਾ ਨਹੀਂ ਮੈਂ ਕਹ ਉਸਕੋ ਅੱਛਾ ਬਿਸਤਰਾ ਦਿੱਤੇ ਜੀ ਮੈਂ ਕਹ ਖਾਣਾ ਵੀ ਅੱਛਾ ਦਿੱਤੇ ਜੀ ਮੈਂ ਕਹ ਮੈਂ ਐਸ ਵਜ੍ਹਾ ਤੋਂ ਤੇਰੀਆਂ ਭੈਣਾਂ ਨੂੰ ਮਾਰਦਾ ਨਹੀਂ ਮੇਰੇ ਘਰ ਚ ਮਹਿਮਾਨ ਮਹਿਮਾਨੂ ਕੋ ਕੌਣ ਮਾਰਦਾ ਇਹ ਬੇਟੇ ਮਹਿਮਾਨ ਹੈ ਹਮਾਰੇ ਘਰ ਯਹਾਂ ਜਿਤਨੇ ਬੈਠੇ ਹੈ ਇਹ ਦੋ ਤਿੰਨ ਦਿਨ ਪਹਿਲੇ ਮੈਂ ਇੱਕ ਇੱਕ ਬੱਚੀ ਕਾ ਮਸਲਾ ਹੱਲ ਕਰਾਣੇ ਗਿਆ ਕੋਈ ਪਸੰਦ ਕੀ ਸ਼ਾਦੀ ਥਾ ਔਰ ਮੈਂ ਉਨਕੇ ਘਰ ਗਿਆ ਉਸਕੇ ਬਾਪ ਕੋ ਬੋਲਾ ਯਹ ਸਭ ਬੱਚਿਓਂ ਸੇ ਅੱਛੀ ਹੈ ਇਸਨੇ ਬਤਾ ਦਿਆ ਕਿ ਮੈਨੇ ਵਹਾਂ ਕਰਾਣਾ ਹੈ ਅਬ ਇਸਕੋ ਕਭੀ ਨਾ ਕਹਿਣਾ ਯਹ ਬੁਰੀ ਹੈ ਤੁਮ ਇਨਕੋ ਮਾਰਦੇ ਨਬੀ ਪਾਕ ਨੇ ਸਿੱਧਾ ਫਾਤਮਾ ਨੂੰ ਪੁੱਛ ਲਿਆ ਸੀ ਮੇਰੀ ਧੀ ਮੈਂ ਅਲੀ ਨਾਲ ਤੇਰਾ ਨਿਕਾਹ ਕਰਨਾ ਚਾਹੁੰਦਾ ਸਈਦਾ ਫਾਤਮਾ ਖਮੋਸ਼ ਰਹੀਆਂ ਸਕੂਤ ਰਜ਼ਾਮੰਦੀ ਦੀ ਅਲਾਮਤ ਉਹ ਜਦੋਂ ਪਾਲੀਆਂ ਨੇ ਤੇ ਵਿਆਹਣੀਆਂ ਤੇ ਹੈਗੀਆਂ ਇਹ ਮਸਲਾ ਸੁਣ ਜ਼ਰਾ ਧਿਆਨ ਨਾਲ ਬੜੇ ਵੱਡੇ ਜੁਮਲੇ ਨੇ ਜੇ ਸਮਝ ਆ ਜਾਵੇ ਫਿਰ ਮੈਂ ਦੁਆ ਕਰਾ ਦੇਣੀ ਹੈ ਬਾਬਾ ਜੀ ਇਬਰਾਹੀਮ ਮਿੰਟ 15 ਰਹਿ ਗਏ ਨੇ ਮੈਂ ਟਾਰਗੇਟ 12 ਵਜੇ ਦਾ ਲਾਇਆ ਸੀ ਅੱਲਾ ਤੇਰੀ ਮੇਰੀ ਹਾਜ਼ਰੀ ਕਬੂਲ ਫਰਮਾਏ ਮੇਰੇ ਦੋਸਤ ਹੈ ਬਾਬਾ ਏ ਉਲਮਾ ਦੇ ਆਉਣ ਦੀ ਮੈਨੂੰ ਬੜੀ ਖੁਸ਼ੀ ਹੈ ਅੱਲਾਹੁ ਅਕਬਰ ਅੱਲਾਹੁ ਇਹਨਾਂ ਦੇ ਜਨਾਬਿਆਂ ਦਾ ਸੁਣੋ ਜ਼ਰਾ ਉਸ ਸੁਸਰ ਨੇ ਮੌਲਾ ਤਰੀਮ ਸਾਜ ਸਾਹਿਬ ਨਾਮ ਹੈ ਉਹ ਬੜੇ ਵੱਡੇ ਆਲਮੇ ਦੀ ਤੇ ਕਸਮੇ ਨਾਲ ਬੈਠੇ ਬੰਦੇ ਨੂੰ ਪਤਾ ਨਹੀਂ ਹੁੰਦਾ ਕਿੰਨਾ ਇਲਮ ਦਾ ਖਜ਼ਾਨਾ ਸਰਗੋਧੇ ਸਭ ਤੋਂ ਵੱਡੀ ਮਸਜਿਦ ਚ ਜੁਮਾ ਪੜਾ ਕੇ ਫਤਵਾ ਚੱਲਦਾ ਸੀ ਉਹਨਾਂ ਦੇ ਸਰਗੋਧੇ ਆਸ਼ੀਨਾ ਬਾਦ ਰੱਬਾਨੀ ਮਸਜਿਦ ਉੱਥੇ ਇਮਾਮ ਖਤੀਬ ਅੱਲਾਹ ਤੇ ਜਿਹੜਾ ਇਹਨਾਂ ਦਾ ਬੱਚਾ ਨਾ ਉਹਨਾਂ ਦਾ ਦੋਤਰਾ ਉਹ ਮਾਸ਼ਾਅੱਲਾ ਖਤੀਬ ਬਣ ਗਿਆ ਮਹਦੀ ਸਾਹਿਬ ਦਾ ਦੋ ਅੱਲਾ ਭਾਈ ਅਬਦੁਲ ਗਫੂਰ ਦਾ ਪੁੱਤਰ ਵੀ ਇਹਦੀ ਜ਼ਿੰਦਗੀ ਚ ਇਸ ਮਸਜਿਦ ਦਾ ਖਤੀਬ ਬਣ ਗਿਆ ਕਹੋ ਆਮੀਨ ਓਏ ਅਬਦੁਲ ਗਫੂਰ ਸਾਹਿਬ ਨਾ ਵਿਚਾਰਾ ਮਿਹਨਤੀ ਬੰਦਾ ਲਾਮਾ ਸਾਹਿਬ ਨਾਲੇ ਕੰਮ ਕਰਦਾ ਨਾਲੇ ਮਸਜਿਦ ਖਿਦਮਤ ਕਰਦਾ ਬੜੀ ਖਿਦਮਤ ਕਰਦਾ ਇਸ ਘਰ ਦੀ ਮੈਨੂੰ ਇਹਦੀ ਗੱਲ ਨਹੀਂ ਮੋੜੀ ਜਾਂਦੀ ਪੁੱਛ ਲਵੋ ਮੈਂ ਆਪਣੇ ਦੋਸਤ ਨੂੰ ਕਿਤੇ ਵੀ ਹੋਵਾਂ ਨਾ ਇਹਦਾ ਫੋਨ ਚੁੱਕ ਕੇ ਕਹਿਣਾ ਠੀਕ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਪੈਗਾਮ ਦਊਂ ਇਹਦੀ ਮਸਜਿਦ ਨਾਲ ਪਿਆਰ ਕਰਿਆ ਕਰੋ ਇਸ ਇਲਾਕੇ 'ਚ ਇਹ ਗਰੀਬਾਂ ਨੂੰ ਇਕੱਠਾ ਕਰਕੇ ਸੋਹਣੇ ਨਬੀ ਦਾ ਦੀਨ ਦੱਸਦਾ ਰਹਿੰਦਾ ਹੈ ਐਡੀ ਮਹਿੰਗਾਈ ਤੇ ਜਲਸੇ ਰੋਜ਼ ਕਰਾਉਣੇ ਕਿਹੜੇ ਸੌ ਆ ਦੋ ਹੀ ਤੇ ਮੌਲਵੀ ਨੇ ਜਿਹੜੇ ਤੁਹਾਡੇ ਅੱਲੇ ਅੱਲੇ ਦੇ ਲਾਗੇ ਲਾਗੇ ਜਲਸੇ ਕਰਾਉਂਦੇ ਜਾਂ ਉਹ ਕਾਰੀ ਅਬੂ ਬਕਰ ਉਹ ਬੱਚੇ ਹਾਫਿਜ਼ ਬਣਾਈ ਆਉਂਦਾ ਉਹ ਬਣਾਈ ਆਉਂਦਾ ਕਿ ਹਾਫਿਜ਼ ਬਣਾਈ ਆਉਂਦਾ ਤੁਹਾਡਾ ਕੀ ਨਾਮ ਸੀ ਅਬਦੁਰਰਹਿਮਾਨ ਸਾਹਿਬ ਅੱਲਾ ਉਮਰ ਚ ਬਰਕਤ ਫਰਮਾਏ ਹੁਣ ਬਾਬਾ ਜੀ ਨੇ ਪੁੱਤਰ ਲਟਾਉਣਾ ਹੈ ਜਰਾ ਸੁਣੋ ਆਂਦੇ ਨੇ ਅੱਬਾ ਜੀ ਮੈਨੂੰ ਮੂੰਹ ਤੇ ਬਲ ਜ਼ਮੀਨ ਤੇ ਲਟਾਇਆ ਜੇ ਕਹਿੰਦੇ ਨੇ ਪੁੱਤਰ ਚਿਹਰਾ ਉੱਪਰ ਹੋਵੇ ਤੇ ਫੇਰ ਕੀ ਏ ਕਹਿੰਦੇ ਨੇ ਬਾਬਾ ਅੱਖਾਂ ਤੇ ਪੱਟੀ ਬੰਨ ਲਿਆ ਜੇ ਕਹਿੰਦੇ ਬੇਟਾ ਜਦੋਂ ਮੈਂ ਰਾਜ਼ੀ ਤੇ ਤੂੰ ਰਾਜ਼ੀ ਤੇ ਫਿਰ ਪੱਟੀਆਂ ਬੰਨਣ ਦੀ ਕੀ ਲੋੜ ਏ ਅੱਲਾ ਦਾ ਦਲੀਲ ਏ ਜਿਹੜੇ ਵਾਲੇ ਇਸਮਾਇਲ ਨਬੀ ਅਰ ਕਰਦੇ ਨੇ ਬਾਬਾ ਮੇਰਾ ਖੂਨ ਜਵਾਨੀ ਵਾਲਾ ਹੈ ਤੇਰਾ ਖੂਨ ਬੁਢਾਪੇ ਵਾਲਾ ਹੈ ਜਦੋਂ ਛੁਰੀ ਫਿਰੇਗੀ ਕਿਤੇ ਮੇਰੀ ਲੱਤ ਬਾਪ ਤੇ ਕਾਬੂ ਆਵੇ ਮੇਰੇ ਬਾਪ ਤੋਂ ਛੁੱਟ ਨਾ ਜਾਵੇ ਤੇ ਰਹੀ ਗੱਲ ਚਿਹਰੇ ਦੀ ਮੈਂ ਕਿਹਾ ਮੇਰਾ ਮੁਖੜਾ ਜ਼ਮੀਨ ਦੇ ਬਲ ਲਾਇਆ ਜੇ ਅੱਖਾਂ ਨੂੰ ਪੱਟੀ ਬੰਨ ਲਿਆ ਜੇ ਪੁੱਤਰਾ ਖੈਰ
اللہ سونے تیری شان ہے اینا حلیم مردوار فرما بردار بچہ دیتا ہے اندے ابا جی باپ دے دل وچ پتر دی بڑی محبت ہوندی ہے اکھا چ اکھا ملن گیا میں نہیں جاندا کتے اللہ دی محبت تے پتر دی محبت والا بنا جائے تے چھڑی رک جاوے اکھا پٹی بن لے آ جائے جڑے خلیل نے لٹایا ہے پتراں نے پیو پار انیاں محبت والیاں بولیاں نے جڑے اللہ دے خلیل اپنے نال لٹایا ہے تے چھڑی پکڑ نہیں خلیل نے جڑے اسماعیل نبی لیندے ہوئے نے اللہ دے خلیل نے کر خیر دتی ہے یار نے یار دی گل ویاہ دتی زمین دے جنن سب تو پا پیار اونوں چھڑی تلے دا ڈلے آوے جڑے خلیل چھڑی چلائی بسم اللہ اے اللہ اکبر چھڑی چلی نہیں پھر چلائی نہیں چلی پھر چلائی نہیں چلی چھڑی ہے لوہا کر دے نہیں پتھر کر دے نہیں لکڑ کر دے نہیں میرے پتر دی شان تک زیادہ سخر دے نہیں ہوا آئی پلنا یا نار ہونی پر تم مسلام نال ابراہیم اکھ دا دم جلا دینا خلیل جڑی طاقت تینوں جلا نہیں دتا اوہ طاقت مینوں کٹن نہیں دیندی اوہ طاقت مینوں کٹن نہیں دیندی اللہ دے خلیل نے تیر چھڑی پیری تھلے میں نہ آگیا خلیل اللہ نو جڑے والے تو تارد کرنا چھڑی چلی خون دے بہارے نکلے اللہ دے خلیل نو سمجھنا کی ہوئے علی میرا پتر زبا ہو گیا ہے پتر دی قربانی ہو گئی ہے تے اکھا تو پٹی اٹائی بے بیا ہو اگر پتر زبا نہیں میں نہ زبا آیا پیا ہے آدھے مولا میرے فلوں چ کمی رہ گئی اللہ کریم نے فرما خلیل تو سا اپنا کم کر رہا ہے میں اپنا کم کر رہا تو یار ہوندا کدا کرتا ہے اونے پوت بن کے وکھاتا ہے میں بے نیاز بن کے وکھاتا ہوں مینوں کون کہہ سکتا مینوں کون کہہ سکتا خودی شان ہے نا میں صدقے جاواں ذرا لب سنن والا ہے کیا شاناں نے جتلم کی آؤ ابراہیم ایویں نہیں کیا سی اے تے خوشبو میرے اپے دی جات دی اوے کوئی تے کمرے چ نہیں ویکھدا تے چھری تھلے لے کے آندے اے تے خوشبو میرے اپے دی جاپ دی حضرت نو تاں کیسے ملنے نو باپ دے گھر آئے تے پوچھ دے دسو ہستی کوئی آیا ماپیاں دی خوشبو اللہ وکھری بنائی آ 5 اکتوبر نو انشاءاللہ میں حضرت صاحب دی کانفرنس تے آواں گا 5 اکتوبر نو تے 12 بجے تو پہلا پہلا اللہ اچھا یار 5 اکتوبر آ رہا اللہ پاک جمعہ والا دن چلو میں کوئی نہیں آخر تک پہنچ جاواں گا بیٹا بیٹھ جاؤ بڑی وڈی گل ہے میں انشاءاللہ حصہ پاونا وی نادی ات شاہ ملک بھال صاحب دا میں تقریر کرنی ہے 5 منٹ میں پھر دعا انہاں کول کرونی ہے تاکہ انہاں دا وی حصہ پے جائے گل بڑی ایمان والی ہے اندے اے تے خوشبو میرے اپے تے پڑھو یار اے تے خوشبو میرے جڑا بندہ اپے دا نمک حرام ہے چپ رہے تے باقی بولن اوے کرایہ دار نو پوچھو پیو دی شان کی تینوں 10 کروے دا پیو مکان بناتا ہے تیری واج نہیں نکلن دی مالک مکان آیا ہوا ہے اگے پیچھے ہونا ہے روٹی پوئیتا ہے پانی پوئیتا ہے میرا مالک مکان ہے ساتھ کچھ لے نے او اندا لکیر کی نے ماری اکیل کے ٹھوکے آ کند کتھوں سرا بھی گئی اب پانی کتھوں لے کے کہندا ہے کہ نہیں تے پیو دا بنایا مکان اتھی جاڑ دے پیو اندا کوئی نہیں پتر اور بن جائے گا تینوں اللہ عمر ہن 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 اج پوری مسجد شیر اے تے خوشبو میرے
ਅੱਬੇ ਦਾ ਲਫ਼ਜ਼ ਕਹਿਣਾ ਜੇ ਤੁਹਾਡੀ ਬੁੜੀ ਤੁਹਾਨੂੰ ਕੋਈ ਦਬਕਾ ਮਾਰੇ ਤੇ ਮੈਂ ਚੱਲ ਅੱਬੇ ਦਾ ਨਾਮ ਲਵੋ ਸਾਰੇ ਲੋਕ ਏ ਤੇ ਕਸ਼ੂ ਮੇਰੇ ਹਜ਼ਰਤ ਕੈਸੇ ਮਿਲਣੋ ਬਾਪ ਦੇ ਹਰ ਆਏ ਤੇ ਪੁੱਛਦੇ ਦੱਸੋ ਹਸਤੀ ਕੋਈ ਆਈ ਆ ਮਾਪਿਆਂ ਦੀ ਖੁਸ਼ਬੂ ਅੱਲਾ ਵੱਖਰੀ ਬਣਾਈ ਹਜ਼ਰਤ ਸਾਹਿਬ ਇੱਥੇ ਇੱਕ ਹੋਰ ਨੁਕਤਾ ਹੈ ਅੱਜ ਮੁੰਡਿਆਂ ਦੀ ਮਾਂ ਮਰ ਜੇ ਤੇ ਪਿਓ ਜਵਾਜੇ ਚ ਨਾ ਪਹੁੰਚੇ ਮੈਂ ਵੇਖਾਂਗਾ ਮੁੰਡੇ ਕਹਿੰਦੇ ਮੇਰੇ ਕਿਹੜੀ ਖੁਸ਼ਬੂ ਆਈ ਅੰਮਾ ਤੇ ਬਾਬਾ ਜੀ ਇਸਮਾਈਲ ਨੱਬ ਦਿੱਤੀ ਮਾਂ ਤੇ ਹਜ਼ਰਤ ਇਬਰਾਹੀਮ ਫਲਸਤੀਨ ਤੋਂ ਚੱਲੇ ਕਿੱਥੋਂ ਚੱਲੇ 1500 ਕਿਲੋਮੀਟਰ ਦਾ ਸਫ਼ਰ ਹੈ ਮੱਕੇ ਤੋਂ ਤੇ ਬਾਬਾ ਜੀ ਉੱਥੋਂ ਚੱਲੇ 1500 ਕਿਲੋਮੀਟਰ ਮੇਰਾ ਕਿੰਨਾ ਹੈ ਇੱਥੋਂ ਜਿੰਨਾ ਕਰਾਚੀ ਹੈ ਨਾ ਇੰਨਾ ਹੈ ਇਹਦੂ ਜ਼ਿਆਦਾ ਹੀ 100-200 ਕਿਲੋਮੀਟਰ ਵੱਧ ਦੀ ਹੋਈ ਹੈ ਸਵਾਰੀਆਂ ਵੀ ਕਿੰਨੇ ਦਿਨਾਂ ਚ ਪਹੁੰਚੀ ਹੋਏਗੀ ਤੇ ਦੱਸੋ ਨਾ ਬਾਬਾ ਜੀ ਇਬਰਾਹੀਮ ਦੇ ਪੁੱਤਰ ਨੇ ਕਿਹਾ ਹੁਣ ਕੀ ਲੈਣਾ ਹੈ ਅੱਜ ਕੱਲ ਦਾ ਮਾਂ ਮੇਰੀ ਚੁਰ ਕੀਤੀ ਤੇ ਨਾਲ ਇਹ ਵੀ ਕਹਿੰਦਾ ਸਾਨੂੰ ਚਮਚਿਆਂ ਨੂੰ ਜੰਗਲ ਚ ਛੱਡੀ ਕਹਿ ਸਕਦਾ ਕਿ ਜੰਗਲ ਮੇਰੀ ਮਾਂ ਮਾਂ ਜੁਮਲੇ ਤੇ ਕਿਸਮਤ ਵਾਲੇ ਉਹ ਹੈ ਜਿਨਗੇ ਕਿਸਮਤ ਵਾਲੇ ਇਹ ਹੈ ਜਿਨਗੇ ਮਾਏ ਹੈ ਮਾਏ ਹੈ ਜਿਨਗੇ ਸਰ ਤੇ ਮਮਤਾ ਕੇ ਗਵਾਏ ਹੈ ਗਵਾਏ ਹੈ ਪਾਸ ਬੁਲਾਤੇ ਹੈ ਦੂਧ ਬਣਾਤੇ ਹੈ ਪਾਸ ਬੁਲਾਤੀ ਹੈ ਚੋਰੀ ਸੁਣਾਤੀ ਹੈ ਯਾਦ ਜੋ ਤੇਰੇ ਪਲ ਪਲ ਮੁਝਕੋ ਆਤੀ ਹੈ ਬੁਲਾਤੀ ਹੈ ਕਿਸਮਤ ਵਾਲੇ ਜਿਨਗੇ ਮਾਏ ਹੈ ਮਾਏ ਹੈ ਸ਼ੇਰ ਪੜਾਂਗਾ ਫਿਰ ਅਗਲਾ ਸ਼ੇਰ ਪੜਾਂਗਾ ਬੜਾ ਦਰਦ ਵਾਲਾ ਹੈ ਅੱਲਾ ਜਾਣਦਾ ਵੇ ਇਸ ਸ਼ੇਰ ਵਿੱਚ ਬੜਾ ਹੀ ਦਰਦ ਹੈ ਸੁਣਿਆ ਜੇ ਧਿਆਨ ਦੇ ਨਾਲ ਜਵਾਨ ਮਾਪੇ ਲੱਖ ਦੇ ਬੁੱਢੇ ਸਵਾ ਲੱਖ ਦੇ ਕਿਤੇ ਤੁਰ ਜਾਂਦੇ ਨੇ ਸ਼ਾਮੋ ਸ਼ਾਮ ਸ਼ਹਿਰੋ ਘਰ ਆਉਣਾ ਪੈ ਜਾਂਦਾ ਜਦ ਘਰ ਦਾ ਕਬਰੀ ਤੇਰੇ ਲਾਲ ਲੈਂਦਾ ਭਾਈ ਨੁਮਾਨ ਤੇਰੀ ਵਾਲਵਾ ਨੂੰ ਅੱਲਾ ਜੰਨਤ ਚਾਲਾ ਮਕਾ ਮਕਾ ਪਰਮਾਏ ਜਿੰਨੇ ਬੈਠੇ ਜੇ ਮੇਰਾ ਸੁਣਿਆ ਜੇ ਕਿਸਮਤ ਵਾਲੇ ਉਹ ਹੈ ਜਿਨਗੇ ਮਾਏ ਹੈ ਮਾਏ ਹੈ ਕਿਸਮਤ ਵਾਲੇ ਉਹ ਹੈ ਜਿਨਗੇ ਮਾਏ ਹੈ ਮਾਏ ਹੈ ਜਿਨਗੇ ਸਾਰਾ ਨੇ ਮਮਤਾ ਕੇ ਗਵਾਏ ਹੈ ਗਵਾਏ ਹੈ ਪਾਸ ਬੁਲਾਤੇ ਹੈ ਦੂਧ ਬਲਾਤੇ ਹੈ ਸੀਨੇ ਸੇ ਲਗਾਤੇ ਹੈ ਲੋਰੀ ਸੁਣਾਤੇ ਹੈ ਯਾਦ ਚ ਤੇਰੇ ਪਲ ਪਲ ਮੁਝਕੋ ਆਤੀ ਹੈ
खूब रुलाती है जिन्ने मां रवाया दिल प्यो का दखाया उन्हें सोहनी पाया पर कोल के गुणान कहता रब रहमान मगन के सुल्तान फरमान वखरा मन सब की यार आपो अपनी परमा भरिया दे शान वखरा वखरा आपे आंदा शान वखरा जिन्ना जिन्ना बोल ना ओदे चलना सिखाया हज मुल नहीं पाया मंजा पूरे कटाया रांदी पाया तेन शर्म न आया कराया अल्लाह को दुआ।